ਕੀ ਹਾਲ? ਠੀਕ ਹੋ? ਸਿੱਧਾ ਕੀ ਸੁਣਾ? ਅਲਹਮਦੁਲਿਲਾ। ਮੱਝਾਂ ਕੋ ਵੇਚਣੇ ਵਾਲੀ ਵੀ ਹੈ? ਕਿਹੜੀ ਹੈ? ਬੋਲੀ ਹੈ। ਮਾਸ਼ਾਅੱਲਾ ਜੀ, ਬਿਊਟੀ ਆਫ ਪੰਜਾਬ, ਪੰਜਾਬ ਦੀਆਂ ਖੂਬਸੂਰਤ ਮੱਝਾਂ ਜਿਹੜਾ ਦੇਖੋ, ਸਾਡਾ ਮਾਲ ਉਹ ਪਿਛੂਦਾ ਅਤੇ ਇਹ ਨਾਲ ਵਿਲੇਜ ਅਤੇ ਉੱਥੇ ਦਾ ਮਾਲ ਹੈ। ਅਤੇ ਮਾਸ਼ਾਅੱਲਾ ਤੁਹਾਨੂੰ ਸਾਰੀਆਂ ਮੱਝਾਂ ਦਿਖਾਉਂਦੇ ਆ ਭਾਈ ਇਹਨਾਂ ਨੂੰ। ਗਾਂ ਸੂਈ ਆ ਅੱਛਾ, ਇਹ ਵੈੜੀ ਵੀ ਉਹਦੀ ਹੈ। ਮਾਸ਼ਾਅੱਲਾ ਜੀ ਦੇਖੋ ਜੀ, ਖੂਬਸੂਰਤ ਵੈੜੀ ਅਤੇ ਉੱਪਰ ਗਾਂ ਅਤੇ ਮੱਝਾਂ ਅਤੇ ਇਹ ਮੱਝ ਜਿਹੜੀ ਨਾ, ਇਹ ਘਰ ਦੀ ਜਾਂ ਨਾ? ਬੋਲੀ ਮੱਝਾਂ ਜਿਹੜੀਆਂ ਨੇ ਮਾਸ਼ਾਅੱਲਾ ਘਰ ਦੀਆਂ ਹੀ ਨੇ ਸਾਰੀਆਂ ਇਹਨਾਂ ਦੀਆਂ। ਦੂਜਾ ਤੀਜਾ ਸਾਲ ਮੈਂ ਦੇਖਣਾ ਪਿਆ ਮੱਝਾਂ ਜਿਹੜਾ ਨਾ, ਮਾਸ਼ਾਅੱਲਾ ਵਾਧੂ ਵੱਧ ਇਹ ਮੱਝ ਹੁਣ ਤਿਆਰ ਨੇ ਬਿਲਕੁਲ ਅਤੇ ਵੇਚਣੀ ਨੇ, ਬੜੀ ਵੱਡੀ ਮੱਝ। ਅਤੇ ਉਂਝ ਵੀ ਜਿਹੜਾ ਨਾ ਸਾਂਭੀ ਅਤੇ ਥੱਲਿਓਂ ਦੇਖੋ ਜੀ ਵਾਨਾ, ਮਾਸ਼ਾਅੱਲਾ ਮੱਝ ਜਿਹੜੀ ਅਲੀ ਬਣਾਉਂਦੀ ਪਈ ਹੈ ਅਲੀ ਦਿਹਾੜੇ। ਮੇਰੇ ਹਾਲ 'ਚ ਕਿੰਨੇ ਕੁ ਦਿਹਾੜੇ ਰਹਿ ਗਏ ਸੂ? ਪੰਜ ਛੇ ਦਿਹਾੜੇ ਕੱਢੇ ਦੀ ਹੈ ਮਾਸ਼ਾਅੱਲਾ। ਜੇ ਕਿਸੇ ਅੱਛਾ ਨੰਬਰ ਦੱਸ ਹਾਂ, ਜੇ ਕਿਸੇ ਰਾਬਤਾ ਕਰਨਾ ਹੋਵੇ 0341 6049 649 639 ਇਹਦੇ ਵਟਸਐਪ ਵੀ ਬਣੇ ਆ। ਅੱਛਾ ਅੱਛਾ, ਹੁਰਮ ਦੀ ਹੈ ਮਾਸ਼ਾਅੱਲਾ ਜੀ ਮੱਝ ਦੇਖੋ ਜਿਹੜਾ ਨਾ ਪੂਰੀ ਬਣਦੀ ਪਈ ਹੈ ਅਤੇ ਸਾਂਭੀ ਵੀ ਹੈ ਨੇ ਚੰਗੀ ਅਤੇ ਘਰ ਦੀ ਜਿਹੜਾ ਨਾ ਮੱਝ ਨੇ ਇਹਦੀਆਂ ਹੈ ਨੇ ਕੋਈ ਝੋਟੀਆਂ ਕੋਲ? ਇਹ ਦੋਵੇਂ ਵੱਡੀਆਂ ਅੱਛਾ ਮਾਸ਼ਾਅੱਲਾ ਵੀ ਮੱਝਾਂ ਬਣੀਆਂ ਨੇ। ਮੱਝ ਦੇਖੋ ਚੈੱਕ ਕਰੋ ਚੌਂ ਪਾਸਿਆਂ ਜਿਹੜਾ ਨਾ ਫਿਰ ਮੈਂ ਮਾਰ ਚੰਗੀ ਮੱਝ ਜੀ ਮਾਸ਼ਾਅੱਲਾ। ਥੱਲੇ ਵਾਨਾ ਵੀ ਪੂਰਾ ਬਣਾਏ ਆ ਅਤੇ ਉਂਝ ਵੀ ਮੱਝ ਜਿਹੜਾ ਚੰਗੀ ਸੁਥਰੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਉਮੀਦ ਹੈ ਸਾਰੇ ਦੋਸਤ ਠੀਕ ਠਾਕ ਹੋਵੋਗੇ, ਅੱਲਾ ਦਾ ਸ਼ੁਕਰ ਮੈਂ ਵੀ ਠੀਕ ਠਾਕ, ਅੱਲਾ ਦਾ ਨਾਲ ਹੈਗੇ। ਅੱਜ ਦੀ ਵੀਡੀਓ ਕਰਨੀ ਸ਼ੁਰੂ। ਅੱਛਾ ਜੀ, ਦਿਨ ਹੈ ਅੱਜ ਥਰਸਡੇ ਦਾ, 5 ਜੁਲਾਈ 2024, ਟਾਈਮ ਹੋ ਗਿਆ ਜੀ 9 ਦਾ। ਮੌਸਮ ਜਿਹੜਾ ਅਲਹਮਦੁਲਿਲਾ ਜੀ ਸੁਬਹਾ ਸੁਬਹਾ ਜਿਹੜਾ ਵਾਹ ਝੁੱਲਦੀ ਵੀ ਚੰਗੀ ਅਤੇ ਅਬਰਾ ਲੂਪ ਜਿਹਾ ਹੀ ਬਣੇ, ਸੇਕ ਵੀ ਆਏ ਥੋੜ੍ਹਾ, ਪਰ ਵਾਹ ਜਿਹੜੀ ਹੈ ਨਾ ਉਹ ਰਲਕਦੀ ਪਈ, ਉਹਦੇ ਨਾਲ ਮੌਸਮ ਬਿਲਕੁਲ ਬਿਹਤਰ ਹੈ ਕੱਲ੍ਹ ਦੀ ਨਿਸਬਤ ਨਾਲ। ਅਤੇ ਮਾਲ ਹੁਣ ਖੋਲਿਆ, ਖੂਬਸੂਰਤ ਦਿਨ ਦਾ ਆਗਾਜ਼ ਹੋ ਗਿਆ ਜੀ। ਮਾਲ ਛੱਪੜੇ 'ਚ ਮਾਸ਼ਾਅੱਲਾ ਪਹੁੰਚਾਇਆ ਜੀ। ਵਾਹ ਵੀ ਜਿਹੜੀ ਇੱਥੇ ਆਉਂਦਿਆਂ ਤਾਂ ਬੰਦ ਹੋ ਗਈ ਜੀ, ਉੱਥੇ ਜਿਹੜਾ ਨਾ ਪਿੰਡੋਂ ਨਿਕਲਦੇ ਨੇ ਵਾਹ 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 ਵੀ ਝੁੱਲਦੀ। ਵੜ ਜਾ ਲਾ ਲੈ ਤਾਰੀ ਤੂੰ ਮੀ।
ਨਿਕਲਦੀਆਂ ਨਹੀਂ ਪਈਆਂ ਨੇ ਵੀ ਵਿੱਚ ਕਰਨ ਸਾਰੀਆਂ ਨੂੰ ਵਿੱਚ ਵਿੱਚ ਤਾਰੀ ਲਾਉਣ। ਇਹ ਜਿਹੜਾ ਤਾੜਕਾ ਲੱਗਾ ਨਾ ਇਹਨੇ ਮਾਲ ਦੀ ਹੋਸ਼ ਭੁਲਾਈ ਹੈ। ਉਹ ਅੱਧਾ ਘੰਟਾ ਹੋ ਗਿਆ ਮੁੰਨਾ ਕਿ ਨਹੀਂ ਉਹ ਇਹਨਾਂ ਹਾਲੀ ਦੇਖ ਬੈਠੀਆਂ ਗੱਲੀ 'ਚ। ਗਾਵਾਂ ਇੱਕ ਵਾਰ ਤਾਰੀ ਲਾਈ ਤੂੰ ਕੱਢ ਜਾਣ ਨਹੀਂ ਫਿਰ ਘੰਟਾ ਨਾ ਆਪਣਾ ਦੱਸ ਹਾਂ ਨਾ ਮਾਮਾ ਦੁੰਬਰ ਮਾਮਾ ਦੁੰਬਰ ਸਕਣਾ ਸ਼ੇਰਗੜ ਹੈ। ਸੋਨਾ ਆਇਆ ਸੋਨਾ ਆਇਆ ਮੋਨਾ ਸੋਨਾ ਆਇਆ ਮੋਨਾ ਆਇਆ ਗਲੀ ਗਲੀ ਸਜ ਗਈ ਗਲੀ ਗਲੀ ਸਜ ਗਈ ਸੋਨਾ ਆਇਆ ਗਲੀ ਗਲੀ ਸਜ ਗਈ ਸ਼ਹਿਰ ਸ਼ਹਿਰ ਸਜ ਗਿਆ ਸ਼ਹਿਰ ਸ਼ਹਿਰ ਸਜ ਗਿਆ ਸਜ ਗਿਆ ਸੱਲਲਾਹੁ ਅਲੈਹਿ ਕਾ ਯਾ ਰਸੂਲ ਅੱਲਾ ਮਾਸ਼ਾਅੱਲਾ ਆਲੀ ਕੋ ਹਬੀਬ ਅੱਲਾ ਮਾਫੀ ਕਲਬੀ ਯੈਉਲਾ ਲਾ ਇਲਾਹਾ ਇਲਾ ਨੂਰ ਹਮਦ ਸੱਲਲਾ। ਦੇਖੋ ਹਜੇ ਗਾਵਾਂ ਨੂੰ ਗਰਮੀ ਨੇ ਘਬਰਾਇਆ ਗਾਵਾਂ ਸਹੀ ਠੰਡੀਆਂ ਹੋਈਆਂ ਨੇ ਕਿ ਦੇਖ ਕੰਡ ਦੇ ਉੱਤੋਂ ਪਾਣੀ ਪੈ ਜਾਂਦਾ ਪਾਣੀ ਬੜਾ ਨਾ ਛੱਪ ਮਾਲੀ ਸਪੀਟਾਂ ਦੇ ਮਾਲੀ ਵਿਚਾਰੇ ਦੇ ਪੈਰ ਨਹੀਂ ਲੱਗਦੇ ਹੈ ਵੀ ਉਹਦੇ ਵਾਹ ਨਹੀਂ ਪੀ ਜਾਂਦੀ ਚਲੋ 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 ਪੂਰਾ ਵੀਕ ਜਿਹੜਾ ਨਾ ਉਹ ਬਾਰਿਸ਼ਾਂ 'ਚ ਗੁਜ਼ਰੇਦਾ ਆਹੋ ਇਹ ਜਿਹੜਾ ਸਾਵਣ ਦਾ ਮਹੀਨਾ ਹੈ ਇਹ ਕੋ ਹਫ਼ਤਾ ਡੇਢ ਬਾਰਿਸ਼ਾਂ 'ਚ ਗੁਜ਼ਰ ਜੇ ਅਤੇ ਫਿਰ ਚਲੋ ਵਕਫੇ ਵਕਫੇ ਬਾਅਦ ਹੁੰਦੀਆਂ ਨੇ ਅਤੇ ਫਿਰ ਕੋਈ ਵੱਲ ਗੱਲ ਨਿਕਲਿਆ ਜਿਹੜਾ ਅੱਜ ਦਾ ਦਿਹਾੜਾ ਲੱਗਿਆ ਨਾ ਅਤੇ ਕੱਲ੍ਹ ਪਰਸੋਂ ਜਿਹੜੇ ਦੋ ਤਰੇ ਬਹੁਤ ਜ਼ਿਆਦਾ ਗਰਮੀ ਪੈ ਰਹੀ। ਅੱਛਾ ਜੀ ਅਲਹਮਦੁਲਿਲਾ ਸੁਬਹਾ ਦਾ ਜਿਹੜਾ ਨਾ ਬਹੁਤ ਹੀ ਗਰਮ ਤਰੀਨ ਦਿਨ ਆ ਅਤੇ ਹੁਣ ਬਾਰਿਸ਼ ਵੀ ਬਣੀ ਅਤੇ ਵਾਹ ਜਿਹੜੀ ਠੰਡੀ ਠਾਰ ਵੀ ਆਉਂਦੀ। ਸ਼ੇਰਗੜ ਇਹ ਸ਼ੇਰਗੜ ਹੈ ਹੀ ਹੈ ਕਿ ਕੋਈ ਮਰਦਾਨ ਵਾਲਾ ਸ਼ੇਰਗੜ ਅੱਛਾ ਸੱਤਰ ਇਹਦਾ ਮਤਲਬ ਇਹ ਸਮਝੋ ਪੂਰਾ ਵੀਕ ਹੀ ਵਾਹ ਵਾਹ ਬਾਰਿਸ਼ ਦੱਸਦੇ ਨੇ ਅੱਜ ਸਵੇਰੇ ਚਾਂਸ ਘੱਟ ਨੇ ਸਵੇਰੇ 10 11 ਵਜੇ ਤਾਈਂ ਕੋਣੀ ਹੈ ਵੀ 26 ਨੂੰ ਵੇਖ ਲਓ ਘੱਟ 27 ਨੂੰ ਵੀ 27 ਤੋਂ ਸ਼ੁਰੂ ਕਰ ਇਹਦਾ ਮਤਲਬ ਬਾਰਿਸ਼ਾਂ ਜਿਹੜੀਆਂ ਨੇ ਨਾ ਉਹ ਸਾਵਣ ਦਾ ਝੜੀ ਲਾਉਣ ਦੀਆਂ ਹੈ ਇਹਦਾ ਪਤਾ ਕੋਈ ਨਹੀਂ ਲੱਗਦਾ ਲੇਕਰ ਇਹ ਕਰੀ ਜਾਂਦੀ ਉਹ ਠੀਕ ਹੋ ਗਿਆ। ਅੱਛਾ ਜੀ ਗੁੱਡ ਨਿਊਜ਼ ਹੈ ਕਿ ਬਾਰਿਸ਼ਾਂ ਜਿਹੜੀਆਂ ਨੇ ਨਾ ਸਾਵਣ 'ਚ ਅੱਗੇ ਵੀ ਹੋ ਰਹੀਆਂ ਨੇ ਵਕਫੇ ਵਕਫੇ ਨਾਲ ਅਤੇ ਹੁਣ ਅਲਹਮਦੁਲਿਲਾ ਜੀ ਨੈੱਟ ਦੇ ਦੱਸਦੇ ਪਏ ਨੇ ਕਿ ਪੂਰਾ ਵੀਕ ਹਫ਼ਤੇ ਤੋਂ ਸ਼ੁਰੂ ਹੁੰਦੇ ਕੱਲ੍ਹ ਜੁੰਮਾ ਕੰਟੀਨਿਊ ਸਮਝੋ ਹੋਲ ਵੀਕ ਹੈ। ਗੁੱਡ ਹੋ ਗਿਆ ਜੀ ਗੁੱਡ ਨਿਊਜ਼। ਉਹ ਤਾਂ ਉਹ ਰਿਹਾ ਨਾ ਉੱਥੇ ਮੈਨੂੰ ਸ਼ੱਕ ਪਰਾਂ ਪਰਾਂ ਲੈਂਦੇ ਇੱਥੇ ਅੱਗੇ ਪਤਾ ਇਸ ਬੰਨੇ ਨਾਲ ਨਾਲਾ ਲੱਗਦਾ ਕਿਸੇ ਵਕਤ 'ਚ ਇੱਥੋਂ। ਅੱਛਾ ਜੀ ਟਾਈਮ ਹੋ ਗਿਆ ਪੂਰੇ 7 ਦਾ ਅਤੇ ਅਲਹਮਦੁਲਿਲਾ ਜਿਹੜਾ ਹੁਣ ਮੌਸਮ ਜਿਹੜਾ ਬਿਹਤਰੀਨ ਹੋ ਗਿਆ ਵੈਸਟ ਵਾਲੀ ਸਾਈਡ 'ਤੇ ਬਾਰਿਸ਼ ਬਣੀ ਅਤੇ ਮੇਰੇ ਖਿਆਲ 'ਚ ਵਸੀ ਵੀ ਆਈ ਜਾਂ ਵਸਤੀ ਵੀ ਕਿਉਂਕਿ ਹਵਾ ਜਿਹੜੀ ਨਾ ਠੰਡੀ ਥਾਰ ਵੀ ਚੁਲਦੀ ਮੌਸਮ ਜਿਹੜਾ ਬਿਹਤਰੀਨ ਹੋ ਗਿਆ ਦਿਹਾੜੀ 'ਤੇ ਰੂਲਾ ਗੁਣੀ ਬਹੁਤ ਜ਼ਿਆਦਾ ਗਰਮੀ ਪਈ ਅਤੇ ਹੁਣ ਅਲਹਮਦੁਲਿਲਾ ਜਿਹੜਾ ਮੌਸਮ ਬਿਹਤਰੀਨ ਹੋ ਗਿਆ।
ਅੱਛਾ ਜੀ ਘੋੜੀ ਖੋਲ ਲਈ, ਘੋੜੀ ਨੂੰ ਲੈ ਕੇ ਚੱਲਦੇ ਹਾਂ ਕਾਰ ਅਤੇ ਘੋੜੀ ਨੂੰ ਜਿਹੜਾ ਅੱਗੇ ਤਾਂ ਨਵਾਲੀ ਦਾ ਅਤੇ ਹੁਣ ਅਲਹਮਦੁਲਿਲਾ ਮੌਸਮ ਜਿਹੜਾ ਬਿਹਤਰੀਨ ਹੋ ਗਿਆ, ਅੱਜ ਘੋੜੀ ਲੋੜ ਨਵਾਲਣ ਦੀ, ਜਿਸ ਤਰ੍ਹਾਂ ਗਰਮੀ ਦਿਹਾੜੀ ਹੈ ਇਹ, ਜੇ ਇੰਝ ਹੀ ਹੁਣ ਹੁੰਦੀ ਤਾਂ ਫਿਰ ਤਾਂ ਨਵਾਲਣਾ ਲਾਜ਼ਮੀ, ਪਰ ਹੁਣ ਅਲਹਮਦੁਲਿਲਾ ਮੌਸਮ ਜਿਹੜਾ ਨਾ ਠੰਡਾ ਹੋ ਗਿਆ ਜੀ, ਸਹੀ ਠੰਡੀ ਹਵਾ ਵੀ ਚੱਲਦੀ। ਅੱਜ ਦੀ ਵੀਡੀਓ ਕਰਨੀ ਹੈ ਜੀ ਇੱਥੇ ਹੀ ਐਂਡ, ਦੁਆਵਾਂ ਯਾਦ ਰੱਖਿਓ, ਇਨਸ਼ਾਅੱਲਾ ਮਿਲਦੇ ਹਾਂ ਕਿਸੇ ਹੋਰ ਅੱਛੇ ਜਿਹੇ ਵਲੋਗ 'ਚ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਜਿਹੜਾ ਨਾ ਬੈੱਲ ਆਈਕਾਨ ਦਾ ਬਟਨ ਵੀ ਦਬਾ ਲਿਓ ਤਾਂ ਕਿ ਨੈਕਸਟ ਵੀਡੀਓ ਜਿਹੜੀ ਤੁਹਾਨੂੰ ਬਸ ਆਸਾਨੀ ਨਾਲ ਮਿਲ ਜਾਵੇ। ਸੀ ਯੂ ਲੇਟਰ, ਐਲੀਗੇਟਰ ਇਨ ਅ ਵਾਈਲਡ, ਕਰੋਕੋਡਾਇਲ।